Ya,
करने के लिए थोड़ा ग्रोम का भी कर दो। अजय साइड जा जो रहा है इधर लंगड़ा ना और ज्यादा साइड आ यार क्या है बहुत I'm
ਮੈਨੂੰ ਆਲ ਇੰਡੀਆ ਐਮ ਈ ਐਸ ਬਿਲਡਰ ਐਸੋਸੀਏਸ਼ਨ ਵੱਲੋਂ ਜਿਹਦਾ ਮੈਂ ਕੌਂਸਲ ਮੈਂਬਰ ਹਾਂ ਸੱਦਾ ਪੱਤਰ ਆਇਆ ਕਿ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸ਼ਾਮ ਨੂੰ ਐਸੋਸੀਏਸ਼ਨ ਨੂੰ ਸੰਬੋਧਨ ਕਰਨਗੇ। ਸਾਰੇ ਕੰਮ ਛੱਡੇ, ਗੱਡੀ ਫੜੀ ਅਤੇ ਮੈਂ ਦਿੱਲੀ ਪਹੁੰਚ ਗਿਆ। ਮੈਂ ਕਿਹਾ ਇੱਥੇ ਤਾਂ ਜਦੋਂ ਐਮ ਪੀ ਇਲੈਕਸ਼ਨ ਲੜਨੀ ਸੀ ਉਦੋਂ ਕਿਹਾ ਸੀ ਸਾਨੂੰ ਕੁਝ ਨਾ ਕੁਝ ਉੱਥੇ ਦਿੱਲੀ ਰੁਕਣ ਵਾਸਤੇ ਹੁਣ ਅੱਡਾ ਬਣ ਗਿਆ, ਦਰਸ਼ਨ ਨਹੀਂ ਹੋ ਰਹੇ। ਚਲੋ ਅੱਜ ਬਹਾਨੇ ਨਾਲ ਸਾਨੂੰ ਸੰਬੋਧਨ ਕਰਨਗੇ, ਦਰਸ਼ਨ ਕਰਾਂਗੇ। ਤੇ ਜਦੋਂ ਮੈਂ ਉੱਥੇ ਪਹੁੰਚਿਆ ਇਹ ਹੈਰਾਨ ਹੋਇਆ ਦੇਖ ਕੇ, ਫੋਟੋ ਤਾਂ ਲੱਗੀਆਂ ਬਾਜਵਾ ਸਾਹਿਬ ਦੀਆਂ, ਪਰ ਰਾਤ ਨੂੰ ਸਾਨੂੰ ਸੰਬੋਧਨ ਕਰਨ ਵਾਸਤੇ ਗਡਕਰੀ ਆ ਗਿਆ। ਜਦੋਂ ਗਡਕਰੀ ਆ ਗਿਆ ਤੇ ਆਪਾਂ ਇੱਕ ਲਫਾਜ ਵੀ ਨਹੀਂ ਸੁਣਿਆ, ਮੁੜ ਕੇ ਦੁਬਾਰਾ ਟ੍ਰੇਨ ਫੜੀ ਤੇ ਘਰ ਆ ਗਏ। ਥੋੜਾ ਸਾਡਾ ਅਸੀਂ ਗਰੀਬ ਆਦਮੀ ਆ, ਤੁਹਾਡੇ ਆਸੇ ਤੁਰ ਸਕਦੇ ਹਾਂ, ਖਿਆਲ ਰੱਖਿਆ ਕਰੋ, ਭੁੱਲਿਆ ਨਾ ਕਰੋ। ਜਦੋਂ ਭੁੱਲਦੇ ਹੋ ਤੇ ਕੋਲੋਂ ਬਾਬੇ ਦਾ ਵਾਕ ਯਾਦ ਆ ਜਾਂਦਾ। ਉਹ ਕੀ ਹੈ, ਉਹ ਕਹਿੰਦੇ ਜਦੋਂ ਕਿਸੇ ਬੰਦੇ ਦੀ ਚੱਲਦੀ ਹੈ ਨਾ ਤਾਂ ਉਹਦੇ ਚੋਲੇ ਲੋਕਾਂ ਨੇ ਘੇਰਾ ਭੱਜਿਆ ਹੁੰਦਾ, ਹੁਣ ਤੁਹਾਡੇ ਦੋਲੇ ਘੇਰਾ ਘਟੋਇਆ। ਤੇ ਜਦੋਂ ਗੱਲ ਖਤਮ ਹੋ ਜਾਂਦੀ ਹੈ ਨਾ ਫਿਰ ਸਾਰੇ ਸਾਥ ਛੱਡ ਕੇ ਦੂਰ ਚਲੇ ਜਾਂਦੇ ਆ। ਇਹ ਤੁਸੀਂ ਵਿਚਰ ਰਹੇ ਹੋ, ਤੁਹਾਨੂੰ ਸਾਰਾ ਪਤਾ ਹੈ। ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ, ਕੋਈ ਤੁਹਾਡੇ ਕੋਲ ਟਾਈਮ ਨਹੀਂ ਹੈ। ਟਾਈਮ ਕਿਤੇ ਇਸ ਇਲੈਕਸ਼ਨ ਤੋਂ ਬਾਅਦ ਕੱਢਿਓ, ਏਦਾਂ ਨਾ ਕੱਢਿਓ ਕਿ ਤੁਰੇ ਜਾਂਦੇ ਮੱਥਾ ਟੇਕੇ ਤੇ ਨਿਕਲ ਗਏ। ਤੁਹਾਨੂੰ ਅੱਗੇ ਇੱਕ ਵਾਰੀ ਡੀ ਐਸ ਪੀ ਸਾਹਿਬ ਨੇ ਵੀ ਸੰਬੋਧਨ ਕੀਤਾ ਸੀ, ਲਾਭ ਜੋਗਾ ਸਿੰਘ ਜੀ ਨੇ ਗਾਹੇ ਵਗਾਏ ਸ਼ਹੀਦਾਂ ਨੂੰ ਭੁੱਲਿਓ ਨਾ। ਸ਼ਹੀਦਾਂ ਨੂੰ ਤੁਹਾਡੇ ਨਾਲ ਹਰ ਵਕਤ ਤੁਹਾਡੇ ਕੰਨੇ ਤੇ ਰਹਿੰਦੇ ਆ। ਹੁਣ ਵੀ ਤੁਹਾਨੂੰ ਸਫਲਤਾ ਮਿਲਣੀ ਹੈ, ਰਾਸ ਹੋਣ ਲੱਗੀ ਹੈ, ਪਰ ਇੰਨੀ ਮੇਰੀ ਬੇਨਤੀ ਪੁਰਾਣ ਕਰਿਓ, ਸਾਰੇ ਕੰਮ ਚੱਲਦੇ ਰਹਿੰਦੇ ਆ, ਇਹ ਨਹੀਂ ਵੇਲਾ ਮਿਲਦਾ। ਔਰ ਇਹ ਉਹ ਹੀ ਵੇਲਾ ਜਿਹੜਾ ਦੋ ਮਿੰਟ ਲਾਉਣੇ ਤੁਹਾਡੇ ਲੇਖੇ ਲੱਗ ਜਾਣੇ ਆ ਔਰ ਤੁਹਾਨੂੰ ਸਫਲਤਾ ਮਿਲਣੀ ਹੈ। ਆਓ, ਜਿੰਨੀ ਸੰਗਤ ਆਈ ਹੈ ਸਰਬੱਤ ਨੂੰ ਮੇਰੀ ਬੇਨਤੀ ਹੈ, ਸੁਖਮਨੀ ਸਾਹਿਬ ਦਾ ਪਾਠ ਹੋ ਚੁੱਕਾ, ਹੁਣ ਅਰਦਾਸ ਹੋਣ ਲੱਗੀ ਹੈ, ਅਰਦਾਸ ਤੋਂ ਉਪਰੰਤ ਹੁਕਮ ਲੈਣੇ ਹੈ, ਫਿਰ ਇਹਨਾਂ ਦੀ ਮਰਜ਼ੀ ਹੈ ਸੰਬੋਧਨ ਕਰਨਾ ਕਿ ਨਹੀਂ ਕਰਨਾ। ਮੈਂ ਇਸ ਮਾਰੇ ਬੈਠੇ ਬੈਠੇ ਹੀ ਆਪਣਾ ਜਿਹੜਾ ਵਤਨ ਸੀ, ਦਿਲ ਦੀ ਮੁਖਾਸ ਸੀ, ਦੱਸ ਦਿੱਤੀ ਹੈ, ਕਿਉਂਕਿ ਬਾਅਦ ਕਦੋਂ ਨਹੀਂ ਟੈਸਟ ਦੇਣਾ ਕਿ ਨਹੀਂ ਦੇਣਾ। ਹੁਣ ਤੇ ਟੈਸਟ ਗਰਾਉਂਦੇ ਆ, ਸਾਡਾ ਸਮਾਂ ਸੀ, ਅਸੀਂ ਜੋ ਮਰਜ਼ੀ ਕਹਿ ਸਕਦੇ ਹਾਂ ਸੁਣ ਲੈ। ਆਓ ਅਰਦਾਸ ਵਿੱਚ ਸ਼ਾਮਲ ਹੋਈਏ। ਤੇਗ ਬਹਾਦਰ ਸਿਮਰੇ ਕਰ ਨੌ ਜਿਹਦੇ ਆਵੇ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਪੁੱਤਰਾਂ ਦੇ ਦਾਨੀ, ਪੰਥ ਦੇ ਬਾਨੀ, ਅੰਮ੍ਰਿਤ ਕੇ ਦਾਤੇ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ, ਜਾਹਰਾ ਜਦੂਰ ਹਾਜ਼ਰਾ ਹਜ਼ੂਰ, ਸਤਿ ਕਲਾ ਭਰਪੂਰ, ਧੁਰਗੀ ਬਾਣੀ ਆਈ ਤਿੰਨ ਸਗਣੀ ਜਿੰਦ ਮਟਾਏ, ਜਿਹਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ। ਸਕਿਆ ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਨਿੱਠ ਕੀਤਾ ਤਿੰਨਾਂ ਪਿਆਰੇ ਚੰਨ, ਜਿਹਨਾਂ ਸਿੰਘਾਂ ਸਿੰਘਣੀਆਂ ਧਰਮੇ ਸ਼ਹੀਦ ਉੱਤੇ ਬੰਦ ਬੰਦ ਚੁਕਵਾਏ, ਖੋਪਰੀਆਂ ਤਰਵਾਈਆਂ ਤਨ ਚਰਵਾਏ, ਦੀਗਾਂ ਚੋਂ ਬਾਲੇ ਖਾਧੇ, ਗੁਰਦੁਆਰੇ ਦੀ ਸੇਵਾ ਸੰਭਾਲੀ, ਕੁਰਬਾਨੀਆਂ ਕੀਤੀਆਂ, ਸਿੱਖੀ ਸਿੱਧ ਕੇਸਾਂ ਸਵਾਸਨ ਵਾਇਆ, ਧਰਮ ਨਹੀਂ ਹਾਰਿਆ, ਤਿੰਨਾਂ ਪਿਆਰਿਆਂ ਚੰਨ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਨੂੰ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਹੋਏ, ਚੇਤਿਆਵਣ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਸ਼ਿਆ ਰਿਆ, ਦੇਖ ਤਿੰਨ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਆਪ ਜੀ ਦੇ ਖਾਲਸੇ ਦਾ ਮਨ ਨੀਵਾਂ, ਮਤ ਉੱਚੀ, ਮਤੇ ਰੱਖਿਆ ਅਕਾਲ ਪੁਰਖ ਵਾਹਿਗੁਰੂ, ਧਰਮ ਕਾ ਜੈਕਾਰ ਹੋਵੇ, ਸਿੱਖੀ ਸਿੱਧ ਕੇਸਨ ਸਵਸਨ ਮਹਾਉਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਬੋਲੋ ਜੀ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨਦਾਰੇ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੀ ਮਾਣ, ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੇ ਤਾਣ, ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਧੰਨ 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 ਕਰੂ ਕਰਦੇ ਸ਼ਹੀਦ ਸਿੰਘੋ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਅਰਜੋਈ ਹੈ ਆਪ ਜੀ ਦੇ ਚਰਨ ਸੇਵਕ ਆਪ ਜੀ ਦੇ ਘਰ ਦੇ ਅਨਟੁੱਟ ਸੇਵਕ ਸੱਜੇ ਪਾਤਸ਼ਾਹ ਸੇਵਾਦਾਰ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਜਿਨ੍ਹਾਂ ਨੇ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਵਾਸਤੇ ਸੱਜੇ ਪਾਤਸ਼ਾਹ ਅੱਜ ਸ਼ੁਰੂਆਤ ਕਰਨੀ ਹੈ ਔਰ ਸ਼ੁਰੂਆਤ ਕਰਨ ਤੋਂ ਪਹਿਲਾਂ ਕੀਤਾ ਲੋੜੀਏ ਕੰਮ ਸੋ ਹਰ ਪੈ ਰੱਖੀਏ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਆਪ ਨੂੰ ਸਾਖੀ ਮੰਨਦੇ ਸ਼ਹੀਦ ਸਿੰਘੋ ਆਪਦੇ ਪਾਵਨ ਪੁੱਤਰ ਸਥਾਨ ਗੁਰਦੁਆਰਾ ਘੱਲੂਘਾਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੜ੍ਹਨ ਕਰਵਾਏ ਸਨ ਮਹਾਨ ਕਿਰਪਾ ਦੁਆਰਾ ਬਾਣੀ ਨਿਰਵਿਘਨਤਾ ਸੰਪੂਰਨ ਹੋਏ ਬਹੁਤ ਪਏ ਹਨ ਉਪਰੰਤ ਆਪ ਜੀ ਦੀ ਬਾਣੀ ਦੇ ਜਸ ਕੀਰਤਨ ਹੋਏ ਹਨ ਅਨੇਕਾਂ ਗਲਤੀਆਂ ਹੋ ਜਾਂਦੀਆਂ ਤਰੁੱਟੀਆਂ ਹੋ ਜਾਂਦੀਆਂ ਜਿਸ ਨੂੰ ਆਪ ਬਖਸ਼ਣਯੋਗ ਹੋ ਸ਼ੁੱਧ ਸਪਸ਼ਟ ਬਾਣੀ ਕਰਕੇ ਸੱਚਖੰਡ ਵੀ ਪ੍ਰਵਾਨ ਕਰਨੀ ਸੇਵਕਾਂ ਦੇ ਕਾਜ ਰਾਸ ਕਰਨੇ ਜੋ ਮਨੋਰਥ ਲੈ ਕੇ ਸੇਵਕ ਆਪ ਦੇ ਦਰ ਤੇ ਇਕੱਠੇ ਹਨ ਮਨੋਰਥ ਪੂਰਨ ਕਰਨੇ ਸੱਚੇ ਪਾਤਸ਼ਾਹ ਨੋਮੀਨੇਸ਼ਨ ਕਰਨ ਵਾਸਤੇ ਪਰਿਵਾਰ ਜਾ ਰਿਹਾ ਹੈ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਅੰਗ ਸੰਗ ਹੋ ਕੇ ਕਿਰਪਾ ਕਰਨੀ ਮਨੋਰਥ ਪੂਰਨ ਕਰਨੇ ਆਪਣੇ ਸੇਵਕ ਬਣਾਈ ਰੱਖਣੇ ਸੱਚੇ ਪਾਤਸ਼ਾਹ ਜੇ 5 ਸਾਲ ਦੀ ਕੋਈ ਭੁੱਲ ਵੀ ਹੋਈ ਹੈ ਤਾਂ ਆਪ ਬਖਸ਼ੋ ਅੱਗੇ ਤੋਂ ਰਸਤੇ ਪਾਓ ਕਿਰਪਾ ਕਰੋ ਮਾਰਗ ਦੱਸੋ ਮਾਰਗ ਦੱਸ ਕੇ ਆਪਣੀ ਸੇਵਾ ਆਪ ਕਰਵਾਓ ਸੇਵਕਾਂ ਦੇ ਮੇਹਰ ਦਾ ਹੱਥ ਰੱਖੋ ਆਈ ਸੰਗਤ ਦਾ ਕਦਮ ਕਦਮ ਸਫਲ ਕਰੋ ਹਾਜ਼ਰੀਆਂ ਦਰ ਪ੍ਰਵਾਨ ਕਰੋ ਸਰਬੱਤ ਸੰਗਤ ਦੀਆਂ ਅਸੀਸਾਂ ਬਾਲਵਾ ਸਾਹਿਬ ਨੂੰ ਪਹੁੰਚਾਉਂਦੇ ਹੋਏ ਸੱਚੇ ਪਾਸੇ ਕਾਮਯਾਬੀਆਂ ਬਖਸ਼ੋ ਇਸ ਵੇਲੇ ਆਪ ਕਿਰਪਾ ਕਰੋ ਪਵਿੱਤਰ ਹੁਕਮ ਨਾਲ ਬਖਸ਼ੀਆਂ ਨਿਹਾਲ 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 ਕਰੋ ਜੀ ਸਹੀ ਪਿਆਰੇ ਵੇਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ 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 ਵਾਹਿਗੁਰੂ ਜੀ ਕਾ ਖਾਲਸਾ ਰਾਜਮਾਨ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਹੀ ਬਹੁਤ ਹੀ ਪਵਿੱਤਰ ਸ਼ਹੀਦਾਂ ਦੀ ਧਰਤੀ ਤੇ ਉਹਨਾਂ ਦੀ ਯਾਦਗਾਰ ਚ ਬਣਿਆ ਹੋਇਆ ਇਤਿਹਾਸਕ ਗੁਰਦੁਆਰਾ ਸਾਹਿਬ ਘੱਲੂਘਾਰਾ ਸਾਹਿਬ ਦੇ ਵਿੱਚ ਸਾਰੇ ਇਕੱਠੇ ਹੋਏ ਆ ਹਮੇਸ਼ਾ ਪਰੰਪਰਾ ਰਹੀ ਹੈ ਕਿ ਜਦੋਂ ਵੀ ਕਿਸੇ ਵੱਡੇ ਕਾਰਜ ਵਾਸਤੇ ਜਾਣਾ ਹੋਏ ਉਦੋਂ ਹੀ ਸ਼ਹੀਦਾਂ ਦੀ ਪਾਵਨ ਧਰਤੀ ਤੋਂ ਆ ਕੇ ਨਮਸਕਾਰ ਕਰਕੇ ਅਰਦਾਸ ਕਰਵਾ ਕੇ ਉਹਨਾਂ ਦਾ ਆਸ਼ੀਰਵਾਦ ਲੈ ਕੇ ਹਮੇਸ਼ਾ ਇੱਥੋਂ ਚੱਲੀਦਾ ਬਾਬਾ ਬੂਟਾ ਸਿੰਘ ਜੀ ਨੇ ਜ਼ਿਕਰ ਕੀਤਾ ਜਿਸ ਗੱਲ ਦੀ ਮੈਂ ਇਸ ਗੱਲ ਦੀ ਮਾਫ਼ੀ ਮੰਗਦਾ ਕਿ ਬਹੁਤਾ ਵਕਤ ਪੰਜਾਬ ਦੇ ਪ੍ਰਧਾਨ ਬੰਦੀ ਸੇਵਾ ਦੇ ਵਿੱਚੋਂ ਜ਼ਿਆਦਾ ਵਕਤ ਮੈਂ ਆਪਣੇ ਏਰੀਏ 'ਚ ਨਹੀਂ ਸੀ ਗੁਜ਼ਾਰ ਪਾਇਆ ਗੱਲ ਠੀਕ ਹੈ ਉਹ ਬਾਬਾ ਜੀ ਇੱਕ ਗੱਲ ਪੱਕੀ ਹੈ ਹਮੇਸ਼ਾ ਹੀ ਸ਼ਹੀਦਾਂ ਦੀ ਪਾਵਨ ਧਰਤੀ ਨੂੰ ਆਪਣੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਹਮੇਸ਼ਾ ਰੱਖਿਆ ਇਸੇ ਹੀ ਕਾਰਨ ਹਮੇਸ਼ਾ ਸ਼ਹੀਦਾਂ ਦਾ ਪਹਿਰਾ ਦਾਸ ਦੇ ਸਿਰ ਉੱਤੇ ਰਿਹਾ ਤੇ ਹਮੇਸ਼ਾ ਹੀ ਕਾਮਯਾਬੀ ਸ਼ਹੀਦਾਂ ਦੇ ਆਸ਼ੀਰਵਾਦ ਦੇ ਨਾਲ ਤੇ ਇੱਥੇ ਬੈਠੀ ਹੋਈ ਸਾਧ ਸੰਗਤ ਦੇ ਆਸ਼ੀਰਵਾਦ ਦੇ ਨਾਲ ਦਾਸ ਨੂੰ ਮਿਲਦੀਆਂ ਆਈਆਂ ਨੇ ਮੈਂ ਹੀ ਬੇਨਤੀ ਅੱਜ ਆਪਣੇ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਤੇ ਭੈਣਾਂ ਨੂੰ ਕਰਨੀ ਹੈ ਕਿ ਅੱਜ ਜਿਹੜੀ ਇਹ ਪਾਰਲੀਮੈਂਟ ਦੀ ਲੜਾਈ ਹੈ ਇੱਕ ਬਹੁਤ ਫੈਸਲਾਕੁਨ ਜੰਗ ਹੈ ਜਿਹਦੇ 'ਚ ਅਸੀਂ ਚੱਲੇ ਪਿਛਲੀ ਦਫ਼ਾ ਤੁਹਾਡਾ ਦਾਸ ਸਮੁੱਚੇ ਹਲਕੇ ਦੇ ਵਿੱਚੋਂ ਸਮੁੱਚੇ ਜ਼ਿਲ੍ਹੇ ਦੇ ਵਿੱਚੋਂ 2007 ਦੇ ਵਿੱਚ ਇਕੱਲਾ ਹੀ ਕਾਂਗਰਸ ਦਾ MLA ਚੁਣਿਆ ਗਿਆ ਸੀ ਉਹ ਵੀ ਆਸ਼ੀਰਵਾਦ ਦੇ ਸ਼ਹੀਦਾਂ ਦਾ 2009 ਦੀ ਪਾਰਲੀਮੈਂਟ ਚੋਣ ਦੇ ਵਿੱਚ ਪਾਰਟੀ ਨੇ ਫੈਸਲਾ ਕੀਤਾ ਕਿ ਭਾਜਪਾ ਦੇ ਕੈਂਡੀਡੇਟ ਨੂੰ ਟੱਕਰ ਦੇਣ ਵਾਸਤੇ ਉਹਨਾਂ ਨੇ ਦਾਸ ਨੂੰ ਚੁਣਿਆ ਪਾਰਟੀ ਵਜੋਂ ਸੇਵਾਦਾਰੀ ਦਿੱਤੀ ਇਸ ਤਰ੍ਹਾਂ ਹੀ ਸਾਰੀ ਸਾਧ ਸੰਗਤ ਇੱਥੋਂ ਹੀ ਅਰਦਾਸ ਕਰਾ ਕੇ ਇਸ ਮਹਾਨ ਜਗ੍ਹਾ ਤੋਂ ਆਸ਼ੀਰਵਾਦ ਲੈ ਕੇ ਅਸੀਂ ਗਏ ਸੀ ਕਾਮਯਾਬੀ ਮਿਲੀ ਤੇ ਮੈਂ ਇਸ ਗੱਲ ਦੀ ਮੁਬਾਰਕ ਵੀ ਵੀਰਾਂ ਨੂੰ ਦੇਣਾ ਚਾਹੁੰਦਾ ਕਿ ਸ਼ਹੀਦਾਂ ਦੀ ਪਾਵਨ ਧਰਤੀ ਤੋਂ ਆਸ਼ੀਰਵਾਦ ਮਿਲਿਆ ਤੁਹਾਡਾ ਪਿਆਰ ਮਿਲਿਆ ਤੇ ਦਾਸ MP ਤੋਂ ਬਾਅਦ ਆਪਣੀ ਪਾਰਟੀ ਦਾ ਪ੍ਰਧਾਨ ਬਣ ਕੇ ਇੱਥੇ ਆਇਆ ਮੇਰੇ ਵੀਰੋ ਤੇ ਭਰਾਓ ਅੱਜ ਬੜੀ ਇੱਕ ਫੈਸਲਾ ਕੁੰਜ ਜੰਗ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ
ماجے دے وچوں جڑی سرداری ہے 50 سالاں تو بعد ایتھے واپس آ سکدی ہے جے اس فیصلہ کن جنگ دے وچ ساڈی راجنیتک ایک دفعہ پھر کامیابی ہوئے میں ہی اشارے دے نال اپنے سارے ویراں نوں تے بھراواں نوں دسنا چاہنا کہ اسی جے چاہنے ہاں کہ مالوے دے مکھ منتریاں ورگا اس ایریے دی وچ رکھی ہو جے اسی چاہنے ہاں کہ جڑا بہت لمبے عرصے تو گولیا ہوا ڈویلپمنٹ والوں وکاس والوں یہ جڑا ایریا ہے ساڈے نوجوان بچے جڑے پڑھ لکھ چکے نے جڑے بے روزگار نے جنہاں کو روزگار دا سادھن نہیں پردان سرکارا کر پاندی ہے جی اسی چاہنے ہیں کہ کرو کر ایتھے نوکریاں پردان ہو جی اسی چاہنے ہیں کہ ساڈے ڈیریاں تک سڑکاں پہنچے جی اسی چاہنے ہیں کہ نوجوان بچے واسطے ایتھے ودیا کالج تے یونیورسٹیاں کھلن جی اسی چاہنے ہیں کہ وڈے کارخانے تے ریفائنری اس ایریے چاہن تے میرے ویرو کو بہتا دور وہ مسئلہ نہیں شہیداں دی پاون ترتی تو اج ارداس کرائی ہے میرے پورن وشواس ہے ہمیں ہمیشہ ہی شہیداں دی جڑی ہے جتنے کھلوتا اتنے ہی ہے تو Thank you.
Thank you.
Thank you.
ਹੋਇਆ ਹੈ।